ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਭ ਦਾ ਸਾਡੇ ਚੈਨਲ ਉੱਤੇ ਸਵਾਗਤ ਹੈ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਬਹੁਤ ਹੀ ਸੌਖੀ ਤਰਜ ਵਿੱਚ ਵਾਹਿਗੁਰੂ ਸਿਮਨ ਲੈ ਕੇ ਆਏ ਹਾਂ। ਸੋ ਇਹ ਛੋਟੇ ਬੱਚਿਆਂ ਲਈ ਅਤੇ ਬੀਬੀਆਂ ਲਈ ਵਾਹਿਗੁਰੂ ਸਿਮਨ ਹੈ। ਸੋ ਜਿਨ੍ਹਾਂ ਦਾ ਬੇਸਿਕ ਸਰਗਮ ਅਲੰਕਾਰ ਹੋ ਗਏ ਨੇ ਉਹਨਾਂ ਵਾਸਤੇ ਇਹ ਵਾਹਿਗੁਰੂ ਸਿਮਨ ਹੈ ਜੀ। ਫੀਮੇਲ ਸਕੇਲ ਲਈ ਧਿਆਨ ਨਾਲ ਦੇਖੋ, ਸਕੇਲ ਹੈ ਚੌਥਾ ਕਾਲਾ, ਕੋਡ ਹੈ ਸਾ ਗਾ ਪਾ। ਸੋ ਜਿੱਥੇ ਅਸੀਂ ਵਾਹਿਗੁਰੂ ਸਿਮਨ ਕਰਾਂਗੇ ਉੱਥੇ ਨਾਲ ਨਾਲ ਅਸੀਂ ਗੁਰੂ ਸਾਹਿਬਾਨਾਂ ਦਾ ਨਾਮ ਵੀ ਬੋਲਣਾ ਸਿੱਖਾਂਗੇ ਤਾਂ ਕਿ ਤੁਹਾਨੂੰ ਗੁਰੂ ਸਾਹਿਬਾਨਾਂ ਦਾ ਨਾਮ ਵੀ ਯਾਦ ਹੋ ਜਾਣ ਬੱਚਿਆਂ ਨੂੰ। ਜਿੱਥੇ ਅਸੀਂ ਵਾਹਿਗੁਰੂ ਸਿਮਨ ਕਰਾਂਗੇ ਉਸੇ ਤਰਜ਼ 'ਤੇ ਤੁਸੀਂ ਅਨੰਦ ਸਾਹਿਬ ਦਾ ਜਾਪ ਕਰ ਸਕਦੇ ਹੋ। ਆਓ ਸਭ ਤੋਂ ਪਹਿਲਾਂ ਵਾਹਿਗੁਰੂ ਸਿਮਨ ਸੁਣੋ ਕਿਵੇਂ ਕਰਨਾ ਹੈ, ਫਿਰ ਉਸ ਤੋਂ ਬਾਅਦ ਆਪਾਂ ਇਸ ਵਾਹਿਗੁਰੂ ਸਿਮਨ ਨੂੰ ਥੋੜ੍ਹਾ ਸਲੋ ਕਰਕੇ ਸਿੱਖਾਂਗੇ। ਧਿਆਨ ਨਾਲ ਸੁਣੋ ਜੀ। ਸਿੰਘ ਜੀ
ਸੋ ਇਸ ਤਰ੍ਹਾਂ ਇਹ ਵਾਹਿਗੁਰੂ ਸਿਮਰਨ ਹੋਣਾ ਹੈ ਜੀ। ਆਓ ਇਸ ਵਾਹਿਗੁਰੂ ਸਿਮਰਨ 'ਤੇ ਅਸੀਂ 10 ਗੁਰੂ ਸਾਹਿਬਾਨਾਂ ਦੇ ਨਾਮ ਵੀ ਸਿੱਖਾਂ ਦੇ ਬੋਲਣਾ। ਸਕੇਲ ਹੈ ਚੌਥਾ ਕਾਲਾ, ਕੋਡ ਹੈ ਸਾ ਗਾ ਪਾ। ਸਲੋ ਕਰਨ ਜਾ ਰਹੇ ਹਾਂ, ਬਹੁਤ ਹੀ ਆਸਾਨ ਹੈ ਜੀ, ਧਿਆਨ ਨਾਲ ਦੇਖੋ। ਸਰਗਮ ਹੈ ਗਾ ਗਾ ਰੇ ਰੇ ਸਾ ਸਾ ਰੇ ਰੇ ਗਾ ਗਾ ਰੇ ਰੇ ਸਾ 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 ਸਾ। ਆਖਿਰ ਵਿੱਚ ਸਾ ਸੁਰ ਚਾਰ ਵਾਰ ਆਉਣਾ ਹੈ, ਦੇਖੋ। ਗਾ ਗਾ ਰੇ ਰੇ ਸਾ ਸਾ ਰੇ ਰੇ ਗਾ ਗਾ ਰੇ ਰੇ ਸਾ 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 ਸਾ। ਇੱਥੇ ਆਉਣਾ ਹੈ ਵਾਹਿਗੁਰੂ ਵਾਹਿਗੁਰੂ। ਫਿਰ ਦੇਖੋ ਇੱਕ ਵਾਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੱਗੇ ਦੇਖੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਇਹਦੀ ਸਰਗਮ ਹੈ ਪਾਪਾ ਮਾਮਾ ਗਾ ਗਾ ਰੇ ਰੇ ਗਾ ਗਾ ਰੇ ਰੇ ਸਾ 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 ਸਾ। ਫਿਰ ਦੇਖੋ ਧਿਆਨ ਨਾਲ ਜੀ, ਪਾਪਾ ਮਾਮਾ ਗਾ ਗਾ ਰੇ ਰੇ ਗਾ ਗਾ ਰੇ ਰੇ ਸਾ 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 ਸਾ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਇੱਥੇ ਬੋਲਣਾ ਸੀ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ। ਆਖਿਰ ਵਿੱਚ ਆਪਾਂ ਨੇ ਫਿਰ ਸਾਸ ਵਿੱਚ ਚਾਰ ਵਾਰ ਰੁਕਣਾ ਹੈ। ਫਿਰ ਦੇਖੋ ਧਿਆਨ ਨਾਲ, ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ। ਨਾਲ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋ ਇਸ ਤਰ੍ਹਾਂ ਵਾਹਿਗੁਰੂ ਸਿਮਰਨ ਆਉਣਾ ਹੈ ਜੀ। ਜਿੱਥੇ ਆਪਾਂ ਬੋਲੇ ਸਤਨਾਮ ਵਾਹਿਗੁਰੂ, ਉੱਥੇ ਆਪਾਂ ਨੇ 10 ਗੁਰੂ ਸਾਹਿਬਾਨਾਂ ਦੇ ਨਾਮ ਬੋਲਣੇ ਹੈ। ਦੇਖੋ ਧਿਆਨ ਨਾਲ, ਸਰਗਮ ਸੇਮ ਹੀ ਹੈ ਪਾ ਪਾ ਮਾਮਾ ਗਾ ਗਾ ਰੇ ਰੇ ਗਾ ਗਾ ਰੇ ਰੇ ਸਾ 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 ਸਾ। ਇੱਥੇ ਆਉਣਾ ਹੈ ਤਨ ਸ਼੍ਰੀ ਗੁਰੂ ਨਾਨਕ ਦੇਵ ਤਨ ਸ਼੍ਰੀ ਗੁਰੂ ਨਾਨਕ ਦੇਵ। ਅੱਗੇ ਤਨ ਸ਼੍ਰੀ ਗੁਰੂ ਅੰਗਦ ਦੇਵ ਤਨ ਸ਼੍ਰੀ ਗੁਰੂ ਅੰਗਦ ਦੇਵ। ਸੋ ਇਸ ਤਰ੍ਹਾਂ ਹੀ ਆਪਾਂ ਗੁਰੂ ਸਾਹਿਬ ਦਾ ਨਾਮ ਬੋਲ ਸਕਦੇ ਹਾਂ। ਇੱਥੇ ਨਾਲ ਹੀ ਪਸਥਾਈ ਵਾਲਾ ਜਾਣਾ ਹੈ ਨੀਚੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋ ਇਸੇ ਤਰ੍ਹਾਂ ਅਸੀਂ ਇਹਨੂੰ ਲਗਾਤਾਰ 3 ਵਾਰ ਬੋਲਣਾ ਹੈ, ਜੋ ਕਿ ਇਸ ਵਾਹਿਗੁਰੂ ਸਿਮਰਨ ਦੀ ਤਿਹਾਈ ਕਹਿ ਸਕਦੇ ਹੋ ਜਾਂ ਐਂਡਿੰਗ ਕਹਿ ਲਓ। ਆ ਦੇਖੋ, 1 ਵਾਰ ਹੋ ਗਿਆ, ਨਾਲ ਹੀ 2 ਵਾਰ ਹੋਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋ ਇਸ ਤਰ੍ਹਾਂ ਵਾਹਿਗੁਰੂ ਸਿਮਰਨ ਹੋਣਾ ਹੈ ਜੀ, ਬਹੁਤ ਹੀ ਸੁਖੀ ਤਰਜ ਵਿੱਚ ਵਾਹਿਗੁਰੂ ਸਿਮਰਨ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।